ਸਾਨੂੰ ਅਧਿਕਾਰੀ ਕਹਿੰਦੇ ਵੀ ਤੁਸੀਂ ਮਨਜ਼ੂਰੀ ਲਈ ਆ। ਅਸੀਂ ਆਖਿਆ ਸਰਕਾਰ ਦੇ ਖਿਲਾਫ ਸਾਡਾ ਕੋਈ ਰੋਸ ਪ੍ਰਦਰਸ਼ਨ ਨਹੀਂ, ਕੋਈ ਧਰਨਾ ਨਹੀਂ, ਕੋਈ ਮਜ਼ਾਰਾ ਨਹੀਂ, ਕੋਈ ਪ੍ਰੋਗਰਾਮ ਨਹੀਂ। ਫਿਰ ਮਨਜ਼ੂਰੀ ਕਾਹਦੀ? ਜੇ ਅਸੀਂ ਕੋਈ ਪ੍ਰੋਗਰਾਮ ਕਰਦੇ ਫਿਰ ਮਨਜ਼ੂਰੀ ਲੈਂਦੇ? ਮੰਡੀ ਸਾਡੀ, ਅਸੀਂ 200-400 ਬੰਦਾ ਕੱਠ ਕੇ ਇਕੱਠਾ ਕਰਕੇ ਆਪਣੇ ਨੌਜਵਾਨ ਦਾ ਸਨਮਾਨ ਕਰਕੇ ਸ਼ੰਭੂ ਬਾਰਡਰ ਤੇ ਵਾਪਸ ਹੋ ਜਾਣਾ ਸੀ। ਇਹਦੀ ਵੀ ਕੋਈ ਮਨਜ਼ੂਰੀ ਲੈਣੀ ਪਊਗੀ ਉਹਨਾਂ ਕੋਲੇ। ਉਹ ਕਹਿੰਦੇ ਸਾਨੂੰ ਸ਼ੱਕ ਆ ਵੀ ਕੋਈ ਬੰਦੇ ਸ਼ਰਾਰਤ ਕਰ ਸਕਦੇ ਆ। ਅਸੀਂ ਕਿਹਾ ਸ਼ੱਕ ਦੇ ਆਧਾਰ ਤੇ ਸਾਡਾ ਪ੍ਰੋਗਰਾਮ ਕਿਉਂ ਕੈਂਸਲ ਕਰਾਉਂਦੇ ਜੇ ਉਹਨਾਂ ਕੋਲੇ ਕੋਈ ਪ੍ਰੋਗਰਾਮ ਨਹੀਂ ਹੈਗਾ? ਅਸੀਂ ਹੁਣ ਕਿਹਾ, ਉਹਨਾਂ ਨੇ ਮੰਨਿਆ ਵੀ ਤੁਸੀਂ ਉੱਚ ਅਧਿਕਾਰੀ ਸੱਦ ਲਓ, ਅਸੀਂ 5-4 ਬੰਦਿਆਂ ਦੀ ਕਮੇਟੀ ਬਣਾ ਲੈਂਦੇ ਹਾਂ, ਸਾਡੇ ਨਾਲ ਬਹਿ ਕੇ ਗੱਲ ਕਰੋ। ਅਸੀਂ ਇਹ ਵੀ ਕਿਹਾ ਵੀ ਤੁਸੀਂ ਨਹੀਂ ਸਾਨੂੰ ਰੋਕਿਆ, ਆ ਡਿਸਿਪਲਨ ਫੋਰਸ ਆ, ਤੁਹਾਡੇ ਤੋਂ ਪਹਿਲਾਂ 50 ਮੀਟਰ ਅਸੀਂ ਆਪ ਰੁਕੇ ਹਾਂ, ਆ ਸਾਡੇ ਜਾਬਤੇ ਚ ਬੱਧੀ ਆ ਫੌਜ, ਤੁਹਾਨੂੰ ਕੋਈ ਯਤਨ ਨਹੀਂ, ਆ ਰਾਹ ਵੀ ਅਸੀਂ ਰੋਕਣਾ ਚਾਹੁੰਦੇ, ਰਾਹ ਵੀ ਤੁਸੀਂ ਰੁਕਵਾਏ ਆ। ਇਸ ਕਰਕੇ ਇਹ ਸਾਡੀ ਜਿੰਨੇ ਵੀ ਕਿਸਾਨ ਮਜ਼ਦੂਰ ਨੌਜਵਾਨ ਆ ਇਹ ਡਿਸਿਪਲਨ ਤੇ ਜਾਬਤੇ ਵਾਲੇ ਹੁੰਦੇ ਆ, ਉਵੇਂ ਭਰਾ ਸਰਕਾਰ ਚਾਹੁੰਦੀਆਂ ਹੁੰਦੀਆਂ ਵਾ। ਕੋਈ ਤੱਤਾ ਠੰਡਾ ਹੋ ਕੇ ਉਹਨਾਂ ਦੀ ਪੱਕੀ ਮੰਸ਼ਾ ਵੀ ਜਿਹੜਾ ਬਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਾ ਵਾ ਇਹ ਵੀਡੀਓ ਵਿਖਾ ਲੈਂਦੀ ਆ, ਰਾਹ ਨਾ ਖੋਲਣੇ ਪੈਣ, ਇਹ ਵਿਖਾਲੀਏ ਵੀ ਇਹ ਵਾਇਲੈਂਸ ਵਾਲੇ ਲੋਕ ਆ। ਅਸੀਂ ਡਿਸਿਪਲਨ ਜਾਬਤੇ ਨੂੰ ਜਾਣਦੇ ਸੀ, ਹਰਿਆਣੇ ਦੀ ਸਰਕਾਰ ਨੂੰ ਇਹ ਮੌਕਾ ਨਹੀਂ ਦੇਣਾ। ਕੱਲਾ ਇਹ ਨਾ ਸਮਝੋ ਵੀ ਪੁਲਿਸ ਵਾਲੇ ਜ਼ਿੰਮੇਵਾਰ ਆ, ਇਹ ਚੰਡੀਗੜ੍ਹੋਂ ਹੁਕਮ ਆ ਰਹੇ ਆ, ਜਿਹੜੀ ਸੈਣੀ ਸਰਕਾਰ ਆ ਇਹ ਉਹਦੇ ਹੁਕਮਾਂ ਨਾਲ ਨਾਕਾ ਲੱਗਾ ਕਿ ਸੈਣੀ ਸਰਕਾਰ ਨੂੰ ਗ੍ਰਹਿ ਮੰਤਰਾਲੇ ਇੰਡੀਆ ਦਾ ਹੁਕਮ ਦੇ ਰਿਹਾ, ਉੱਥੇ ਮੋਦੀ ਸਰਕਾਰ ਆ। ਤੋ ਇਹ ਹਾਕਮਾਂ ਦੀ ਚਾਲ ਆ ਜੋ